ਜਿਹੜੇ ਲੋਕ ਸੋਚਦੇ ਆ ਨਾ ਕਿ ਉਹਨਾਂ ਕਰਕੇ ਕੋਈ ਖਾ ਰਿਹਾ ਹੈ ਤਾਂ ਉਹ ਇੱਕ ਵਾਰੀ ਵੀਡੀਓ ਜ਼ਰੂਰ ਵੇਖ ਲਿਓ। ਸੜਕ ਤੇ ਚੱਲਦੇ ਟਰੱਕ 'ਚ ਦਾਣਿਆਂ ਵਾਲੀਆਂ ਬੋਰੀਆਂ ਲੱਦੀਆਂ ਹੁੰਦੀਆਂ ਨੇ ਤੇ ਸਮਾਨ ਚੋੜਦੇ ਕਬੂਤਰ ਅਚਾਨਕ ਇਸ ਟਰੱਕ ਦੇ ਉੱਤੇ ਆ ਕੇ ਬੈਠ ਜਾਂਦੇ ਨੇ ਤੇ ਬੋਰੀਆਂ 'ਚ ਜੋ ਦਾਣਾ ਹੁੰਦਾ ਉਹ ਦਾਣਾ ਚੁਗਣ ਲੱਗ ਪੈਂਦੇ ਨੇ। ਔਰ ਤੁਸੀਂ ਵੇਖ ਸਕਦੇ ਹੋ ਟਰੱਕ ਦੇ ਉੱਤੇ ਕਬੂਤਰ ਹੀ ਕਬੂਤਰ ਹੋ ਗਏ ਨੇ ਤੇ ਸਾਰੇ ਦਾਣਾ ਚੁਗ ਰਹੇ ਨੇ। ਇਹਨਾਂ ਦਾਣਿਆਂ ਦੀਆਂ ਬੋਰੀਆਂ ਤੇ ਵੇਖ ਲਓ ਪਰਮਾਤਮਾ ਨੇ ਕਿਹਦਾ ਕਿਹਦਾ ਨਾਮ ਲਿਖਿਆ, ਕਿੱਥੋਂ ਟਰੱਕ ਭਰ ਕੇ ਆਇਆ ਤੇ ਕਿੱਥੇ ਇਹਨੇ ਦਾਣੇ ਲੈ ਕੇ ਜਾਣੇ ਨੇ, ਤੇ ਜਿਹਨਾਂ ਪਰਮਾਤਮਾ ਨੇ ਪੰਛੀਆਂ ਦੇ ਵਿੱਚ ਖਾਣਾ ਲਿਖਿਆ ਉਹ ਵੇਖੋ ਕਿਵੇਂ ਚੱਲਦੇ ਟਰੱਕ ਤੇ ਖਾਈ ਜਾ ਰਹੇ ਨੇ। ਬੜੀ ਖੂਬਸੂਰਤ ਵੀਡੀਓ ਹੈ ਤੇ ਬੜਾ ਕੁਝ ਇਸ ਤੋਂ ਸਿੱਖਣ ਨੂੰ ਵੀ ਮਿਲਦਾ। ਹੰਕਾਰ ਜਿਹੜੇ ਲੋਕ ਕਰਦੇ ਨੇ, ਸੋਚਦੇ ਨੇ ਕਿ ਕੋਈ ਸਾਡੇ ਕਰਕੇ ਹੀ ਖਾ ਰਿਹਾ ਹੈ, ਉਹਨਾਂ ਲਈ ਬੜੀ ਸੋਹਣੀ ਇੱਕ ਐਗਜ਼ਾਮਪਲ ਹੈ। ਰੱਬ ਨੇ ਜਿਸ ਦਾਣੇ ਤੇ ਜਾਨਵਰ ਦਾ ਨਾਮ ਲਿਖਿਆ ਉਹ ਜਾਨਵਰ ਦੇ ਮੂੰਹ 'ਚ ਹੀ ਜਾਣਾ ਤੇ ਐਸਾ ਹੋਣ ਤੋਂ ਕੋਈ ਵੀ ਰੋਕ ਨਹੀਂ ਸਕਦਾ। ਜਿਹਨੇ ਵੀ ਇਹ ਵੀਡੀਓ ਵੇਖੀ, ਸਾਰਿਆਂ ਦਾ ਕਹਿਣਾ ਸੀ ਕਿ ਰੱਬ ਨੇ ਜਿਹਨੂੰ ਪੈਦਾ ਕੀਤਾ ਉਹਨੂੰ ਦਾਣਾ ਪਾਣੀ ਵੀ ਆਪੇ ਹੀ ਰੱਬ ਨੇ ਦੇਣਾ ਤੇ ਉਹ ਰੱਬ ਕਿਸੇ ਵੀ ਰੂਪ 'ਚ ਦੇ ਸਕਦਾ। ਤੇ ਤੁਸੀਂ ਵੀ ਦੋਸਤੋ ਇਸ ਵੀਡੀਓ ਨੂੰ ਨਜ਼ਰ ਅੰਦਾਜ਼ ਨਾ ਕਰਿਓ, ਕਮੈਂਟਾਂ 'ਚ ਸਾਰੇ ਵਾਹਿਗੁਰੂ ਲਿਖ ਕੇ ਵੱਧ ਤੋਂ ਵੱਧ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ ਤੇ ਤੁਹਾਨੂੰ ਵੀਡੀਓ ਵੇਖ ਕੇ ਕੀ ਮਹਿਸੂਸ ਹੋਇਆ ਜ਼ਰੂਰ ਉਹ ਵੀ ਕਮੈਂਟਾਂ 'ਚ ਦੱਸਿਓ।